सर्वे अनेक है स्वामी सब घट भुग वैसोई कह रविदास हाथ पहने सज हो सो सो प्रभु मैं मछली कैसे अंत ला मैं मछली कैसे अंत ला मैं मछली कैसे अंत ला जय जय देखो तै तै तू है सो प्रभु से भूत मरा ना जाना मैं हो ना जाना जाने जहां दुख लगे तां दुख है संभाल तू भरपूर जावे मैं दूर सो प्रभ सतगुरु पातशाह जी का
ਇਸ ਪਾਵਨ ਸ਼ਬਦ ਦੀ ਪਹਿਲੀ ਪੰਕਤੀ ਗ੍ਰੀਕ ਅਨੁਵਾਦ ਪਾਤਸ਼ਾਹ ਜੀ ਉਚਾਰਨ ਕਰਦੇ ਨੇ। ਸੋ ਪ੍ਰਭ ਨੇੜੇ ਹੂੰ ਤੇ ਨੇੜੇ ਇੱਕ ਹੁੰਦਾ ਜੀ, ਉਹ ਮੇਰਾ ਨੇੜੇ ਹੈ, ਉਹ ਮੇਰੇ ਕੋਲ ਹੈ, ਉਹ ਮੇਰੇ ਨਜ਼ਦੀਕ ਹੈ। ਜਿਹੜਾ ਬੰਦਾ ਸਾਡੇ ਤੋਂ ਦੋ ਚਾਰ ਫੁੱਟ ਦੀ ਫਾਸਲੇ ਤੇ ਬੈਠਾ ਹੋਵੇ ਨਾ, ਅਸੀਂ ਉਹਨੂੰ ਉਹ ਕਹਿੰਦੇ ਹਾਂ ਵੀ ਇਹ ਮੇਰੇ ਨੇੜੇ ਬੈਠਾ, ਅਸੀਂ ਉਹਨੂੰ ਵੀ ਨੇੜੇ ਜਾਣਦੇ ਹਾਂ। ਪਰ ਦੇਖੋ ਕੈਸੀ ਕਮਾਲ ਦੀ ਗੱਲ ਹੈ, ਰੱਬ ਸਾਡੇ ਅੰਦਰ ਬੈਠਾ ਹੈ, ਉਹ ਸਾਨੂੰ ਨੇੜੇ ਨਹੀਂ ਲੱਗਦਾ। ਸਤਿਗੁਰ ਪਾਤਸ਼ਾਹ ਜੀ ਇਸੇ ਕਰਕੇ ਕਹਿ ਰਹੇ ਨੇ, ਸੋ ਪ੍ਰਭ ਨੇੜੇ ਹੂੰ ਤੇ, ਜਿਸ ਨੂੰ ਤੂੰ ਨੇੜੇ ਮੰਨਦਾ ਨਾ ਉਹਦੇ ਨਾਲ ਵੀ ਨੇੜੇ ਹੈ, ਜਿਹਨੂੰ ਮੈਂ ਨੇੜੇ ਮੰਨ ਰਿਹਾ, ਮੈਂ ਇਹਨੂੰ ਨੇੜੇ ਮੰਨ ਲਿਆ, ਇਹਨੂੰ ਨੇੜੇ ਮੰਨ ਲਿਆ, ਇਹਨਾਂ ਨੂੰ ਕਹਿ ਰਿਹਾ ਵੀ ਮੇਰੇ ਨੇੜੇ ਨੇ, ਆਹ ਵੀ ਮੇਰੇ, ਆਹ ਵੀ ਮੇਰੇ ਨੇੜੇ ਨੇ, ਤੁਸੀਂ ਸਾਰੇ ਬੈਠੇ ਹੋਏ, ਮੈਨੂੰ ਐਵੇਂ ਲੱਗਦੇ ਮੇਰੇ ਨੇੜੇ ਬੈਠੇ ਹੋ, ਪਰ ਮੈਨੂੰ ਰੱਬ ਨੇੜੇ ਨਹੀਂ ਲੱਗਦੇ, ਉਹ ਮੈਨੂੰ ਕਿਤੇ ਦੂਰ ਹੀ ਲੱਗਦੇ। ਜੇ ਨੇੜੇ ਲੱਗਦਾ ਹੋਵੇ ਮੈਨੂੰ ਮਾਫ ਕਰ ਦੇਣਾ, ਕੋਈ ਨਾਰਾਜ਼ ਨਾ ਹੋਵੇ ਕੋਈ ਸੱਜਣ। ਜੇ ਸਾਨੂੰ ਬਾਕੀ ਨੇੜੇ ਲੱਗਦਾ ਹੋਵੇ ਤੇ ਭਰਾ ਭਰਾ ਦਾ ਕਤਲ ਕਰੇ ਕਰੇ, ਤੇ ਤੁਸੀਂ ਵੇਖਦੇ ਨਹੀਂ ਹੋ ਜੋ ਕੁਝ ਹੋ ਰਿਹਾ। ਜਿਤਨੇ ਉਹ ਪੱਧਰ ਹੋ ਰਹੇ ਨੇ ਉਹ ਕਿਉਂ ਹੋ ਰਹੇ ਨੇ? ਪਿੱਛੇ ਵੀ ਹੋ ਰਹੇ, ਕਿਉਂਕਿ ਬੰਦਾ ਇਹ ਸੋਚਦਾ ਵੀ ਰੱਬ ਤੇ ਨੇੜੇ ਹੈ ਹੀ ਨਹੀਂ। ਤੇ ਦੁਨੀਆਂ ਦੇ ਲੋਕਾਂ ਨੇ ਇਸੇ ਕਰਕੇ ਇੱਕ ਕਹਾਵਤ ਵੀ ਬਣਾ ਦਿੱਤੀ, ਰੱਬ ਨੇੜੇ ਕੇ ਕਸੋਨ। ਉਹ ਕਹਿੰਦੇ ਤੂੰ ਦੱਸ ਹੁਣ ਕੌਣ ਨੇੜੇ ਹੈ? ਉਹ ਵਿਚਾਰਾ ਡਰਦਾ ਕਹਿੰਦਾ ਨਹੀਂ ਜੀ, ਇਹ ਕਸੋਨੀ ਨੇੜੇ ਹੈ ਜਿਹੜਾ ਮੇਰੇ ਜਿਹੜਾ ਵੱਟੀ ਬੈਠਾ ਹੈ। ਇਸ ਕਰਕੇ ਗਰੀਬ ਨਵਾਜ ਪਾਤਸ਼ਾਹ ਜੀ ਨੇ ਸਾਡਾ ਭੁਲੇਖਾ ਦੂਰ ਕੀਤਾ। ਸਤਿਗੁਰ ਪਾਤਸ਼ਾਹ ਜੀ ਕਹਿੰਦੇ ਤੂੰ ਦਰਿਆਓ ਦਾਨਾ ਪੀਨਾ, ਮੈਂ ਮਛਲੀ ਕੈਸੇ ਅੰਤ ਲਹਾ, ਜੈ ਜੈ ਦੇਖਾਂ ਤੈ ਤੈ ਤੂੰ ਹੈ, ਮੈਂ ਜੇ ਤੇਰੇ ਕੋਲੋਂ ਵੱਖ ਹੋਵਾਂ ਤੁਝ ਤੇ ਲਿਖਸੀ ਫੂਟ ਮਰਾਂ, ਨਾ ਜਾਣਾ ਮੈਂ ਹੋ ਨਾ ਜਾਣਾ ਜਾਲੀ, ਜਾਂ ਦੁੱਖ ਲੱਗੇ ਤਾਂ ਤੁਝੇ ਸੰਭਾਲੀ। ਅਗਲੀ ਪੰਕਤੀ ਪੜੋ ਇਸ ਪਵਿੱਤਰ ਸ਼ਬਦ ਦੀ, ਕਹਿੰਦੇ ਤੂੰ ਭਰਪੂਰ ਜਾਣੇ ਹਾਂ ਮੈਂ ਦੂਰ, ਕਹਿੰਦੇ ਨੇ ਤੂੰ ਤੇ ਸਾਰੇ ਪਾਸੇ ਭਰਪੂਰ ਸੈਂ, ਪਰ ਮੇਰੀ ਮੂਰਖਤਾ ਸੀ, ਮੈਂ ਦੂਰ ਸਮਝ ਲਿਆ। ਮੇਰਾ ਦੂਰ ਸਮਝਣਾ ਤੂੰ ਦੂਰ ਨਹੀਂ ਸੈਂ, ਇਹ ਮੇਰੀ ਮੂਰਖਤਾ ਸੀ, ਇਹ ਮੇਰਾ ਭੁਲੇਖਾ ਸੀ, ਇਹ ਮੇਰੀ ਨਾਦਾਨੀ ਸੀ, ਮੈਂ ਇਸ ਗੱਲੋਂ ਬੜਾ ਨਾਦਾਨ ਸਾਂ, ਬੇਸਮਝ ਸਾਂ, ਇਹ ਮੇਰੀ ਬੇਸਮਝੀ ਸੀ। ਤੁਹਾਨੂੰ ਗੁਰੂ ਪੰਜਵੇਂ ਪਾਤਸ਼ਾਹ ਜੀ ਦਾ ਪਵਿੱਤਰ ਬਚਨ ਤੁਸੀਂ ਬੜੇ ਵਾਰੀ ਪੜ੍ਹਿਆ ਸੁਣਿਆ, ਸੋਠ ਰਾਗ ਵਿੱਚ ਅੰਕਿਤ ਜੇ, ਧੰਨ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਕਹਿੰਦੇ ਨੇ, ਕੋਟ ਬ੍ਰਹਿਮੰਡ ਕੋ ਠਾਕਰ ਸਵਾਮੀ, ਸਰਬ ਜੀਆਂ ਕਾ ਦਾਤਾ ਰੇ, ਪ੍ਰਤ ਪਾਲੈ ਨਿਤ ਸਾਜ ਸੰਭਾਲੈ, ਇੱਕ ਗੁਣ ਰਹੀ ਮੂਰਖ ਜਾਤਾ ਰੇ, ਹਰ ਅਰਾਧਨਾ ਜਾਣਾ ਰੇ, ਹਰ ਹਰ ਗੁਰ ਗੁਰ ਕਰਤਾ ਰੇ, ਹਰ ਜੀਓ ਨਾਮ ਭਰਿਓ ਰਾਮਦਾਸ। ਹੁਣ ਅਗਲੀਆਂ ਪੰਕਤੀਆਂ ਸਪੁੱਤਰ ਸ਼ਬਦ ਦੀਆਂ ਧਿਆਨ ਨਾਲ ਪੜ੍ਹਿਓ। ਕਹਿੰਦੇ ਨੇ ਦੀਨ ਦਿਆਲ ਕਿਰਪਾਲ ਸੁਖ ਸਾਗਰ, ਸਰਬ ਘਟਾ ਭਰਪੂਰੀ। ਜੇ ਮੈਨੂੰ ਕਿਉਂ ਨਹੀਂ ਸਰਬ ਘਟਾ ਭਰਪੂਰੀ ਦੱਸਦਾ, ਮੇਰੇ ਲਈ ਕੀ ਔਖੀ ਹੈ? ਅਗਲੀ ਪੰਕਤੀ ਦਾ ਜਵਾਬ ਦਿੱਤਾ ਗਰੀਬ ਨਵਾਜ ਪਾਤਸ਼ਾਹ ਜੀ ਨੇ, ਕਹਿੰਦੇ ਨੇ ਦੀਨ ਦਿਆਲ ਕਿਰਪਾਲ ਸੁਖ ਸਾਗਰ, ਸਰਬ ਘਟਾ ਭਰਪੂਰੀ ਰੇ, ਪੇਖਤ ਸੁਨਤ ਸਦਾ ਹੈ ਸੰਗੇ, ਪਰ ਹੋਇਆ ਕੀ ਮੈਂ ਮੂਰਖ ਜਾਣਿਆ, ਇਹ ਮੇਰੀ ਮੂਰਖਤਾ ਸੀ, ਮੈਂ ਆਪਣੀ ਮੂਰਖਤਾ ਕਰਕੇ, ਆਪਣੀ ਨਦਾਨੀ ਕਰਕੇ, ਆਪਣੀ ਬੇਅਕਲੀ ਤੇ ਬੇਸਮਝੀ ਕਰਕੇ ਉਸ ਮਾਲਕ ਨੂੰ ਦੂਰ ਜਾਣੀ ਬੈਠਾ। ਇਸ ਕਰਕੇ ਗਰੀਬ ਨਵਾਜ ਪਾਤਸ਼ਾਹ ਜੀ ਨੇ ਆਖਿਆ, ਕਹਿੰਦੇ ਨੇ ਕੋਈ ਬੋਲੇ ਨਿਰਵਾ, ਕੋਈ ਬੋਲੇ ਦੂਰ,
ਕੋਈ ਆਖ ਲੈ ਨੇੜੇ ਹੈ। ਜਪਜੀ ਸਾਹਿਬ ਅੰਦਰ ਤੁਸੀਂ ਪੜ੍ਹਦੇ ਹੋ ਨਾ, ਗਾਵੈ ਕੋ ਜਾਪੈ ਦਿਸੈ ਦੂਰ, ਪ੍ਰਣਾਲੀ ਕਰਨ ਗਾਵੈ ਕੋ ਵੇਖੈ ਆਦਰਾ। ਕਹਿੰਦੇ ਨੇ ਕੁਝ ਤੇ ਗਾ ਰਹੇ ਨੇ ਮਾਲਕ ਜੀ, ਇਹ ਸਮਝ ਕੇ ਵੀ ਤੂੰ ਬੜੇ ਨੇੜੇ ਹੈ ਵੀ ਨੇੜੇ ਫਿਰ ਕਿੰਨਾ ਕੁ ਨੇੜੇ ਹੈ। ਬੰਦਾ ਇਹ ਸੋਚਦਾ ਨਾ ਵੀ ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲਾਂ ਬੇਨਤੀ ਕੀਤੀ ਹੈ ਵੀ ਮੇਰੇ ਉਹ ਵੀ ਨੇੜੇ ਬੈਠੇ ਨੇ ਜਿਹੜੇ ਬਿਲਕੁਲ ਪਿੱਛੇ ਬੈਠੇ ਨੇ, ਉਹ ਵੀ ਨੇੜੇ ਨੇ ਜਿਹੜੇ ਬਿਲਕੁਲ ਲਾਗੇ ਬੈਠੇ ਨੇ, ਆਹ ਵੀ ਨੇੜੇ ਨੇ ਜੀ। ਹੁਣ ਰੱਬ ਕਿੰਨਾ ਕੁ ਨੇੜੇ ਹੈ, ਉਸਨੂੰ ਮੈਂ ਕਿੰਨਾ ਨੇੜੇ ਮੰਨਾਂ, ਉਸ ਬਾਰੇ ਮੈਂ ਕੀ ਕੀ ਰਾਏ ਰੱਖਾਂ ਵੀ ਉਹ ਕਿਤਨਾ ਕੁ ਨੇੜੇ ਹੈ। ਬਾਬਾ ਜੀ ਨੇ ਬੜਾ ਕਮਾਲ ਦਾ ਜਵਾਬ ਦਿੱਤਾ ਸੀ, ਸ਼ਬਦ ਮੈਂ ਸਾਰਾ ਪੜ੍ਹ ਕੇ ਤੁਹਾਨੂੰ ਸੁਣਾ ਦਿੱਤਾ ਹੈ। ਜਬ ਹਮ ਹੋਤੇ ਤਬ ਤੂੰ ਨਾ ਹੀ, ਬਾਬਾ ਰਵਿਦਾਸ ਜੀ ਦੀ ਪਵਿੱਤਰ ਰਸਨਾ ਤੋਂ, ਅਬ ਤੂੰ ਹੀ ਮੈਂ ਨਾ ਹੀ, ਇੰਨੀਆਂ ਅਖੀਰਲੀਆਂ ਪੰਕਤੀਆਂ 'ਤੇ ਚਲੇ ਜਾਓ। ਬਾਬਾ ਰਵਿਦਾਸ ਜੀ ਫੁਰਮਾਨ ਕਰਦੇ ਨੇ, ਕਹਿੰਦੇ ਨੇ ਸਰਬ ਹੈ ਏਕ ਅਨੇਕ ਹੈ ਸਵਾਮੀ, ਸਭ ਥਾਵਾਂ 'ਤੇ ਇੱਕੋ ਸਵਾਮੀ ਵਰਤ ਰਿਹਾ ਹੈ। ਕਹਿੰਦੇ ਨੇ ਸਭ ਹੱਡ ਭੁਗਵੈ ਸੋਈ, ਸਾਰੀਆਂ ਥਾਵਾਂ ਦੇ ਉੱਤੇ ਉਹੀ ਵਰਤ ਰਿਹਾ, ਉਹਦਾ ਵਰਤਾਰਾ ਹੋ ਰਿਹਾ। ਇਹ ਬਾਬਾ ਜੀ ਨੇ ਅਗਲੀ ਪੰਕਤੀ ਅੰਦਰ ਜਵਾਬ ਦਿੱਤਾ, ਕਹਿੰਦੇ ਕਹਿ ਰਵਿਦਾਸ ਹੱਥ ਪੈ ਨੇੜੇ। ਕਹਿੰਦੇ ਨੇ ਜਿੰਨਾ ਤੇਰੇ ਨੇੜੇ ਤੇਰਾ ਹੱਥ ਹੈ ਉਹਦੇ ਨਾਲੋਂ ਵੀ ਨੇੜੇ ਹੈ। ਜਿੰਨਾ ਅਸੀਂ ਆਪਣੇ ਹੱਥ ਨੂੰ ਆਪਣੇ ਨਜ਼ਦੀਕ ਸਮਝਦੇ ਹਾਂ, ਸਾਡੇ ਲਈ ਹੋਰ ਕੋਈ ਇਤਨਾ ਨਜ਼ਦੀਕ ਨਹੀਂ ਹੈ। ਸਾਡੇ 'ਤੇ ਕਿਸੇ ਤਰ੍ਹਾਂ ਦਾ ਵੀ ਕੋਈ ਮੱਛਰ ਉੱਡਦਾ ਆ ਜਾਏ, ਅਸੀਂ ਅੱਖ ਵੀ ਭਾਵੇਂ ਚਮਕਦੇ ਹਾਂ ਪਰ ਕੀ ਕਰਦੇ ਹਾਂ, ਅਸੀਂ ਆਪਣਾ ਹੱਥ ਜਿਹੜਾ ਉਹਨੂੰ ਫੌਰਨ ਅਸੀਂ ਅੱਗੇ ਮਾਰਦੇ ਹਾਂ, ਕਿਉਂਕਿ ਹੱਥ ਹੀ ਸਹੀ, ਅਸੀਂ ਜਾਣਦੇ ਹਾਂ ਕਿ ਮੇਰਾ ਹੱਥ ਸਭ ਤੋਂ ਨਜ਼ਦੀਕ ਹੈ। ਅਸੀਂ ਆਪਣੇ ਹੱਥ ਨਾਲ ਹੀ ਹਰ ਚੀਜ਼ ਨੂੰ ਰੋਕਣ ਦੀ ਕੋਸ਼ਿਸ਼ ਕਰਦੇ ਹਾਂ। ਅਤੇ ਗਰੀਬਨ ਬਾਦ ਪਾਤਸ਼ਾਹ ਜੀ ਕਹਿੰਦੇ ਨੇ ਹੱਥ ਤੇਰਾ ਜਾਣ ਤੱਕ ਜਿਤਨੀ ਦੇਰ ਲਗਾਏਗਾ ਉਸ ਤੋਂ ਨੇੜੇ ਉਹ ਬੈਠਾ ਹੈ। ਕਹਿ ਰਵਿਦਾਸ ਹੱਥ ਪੈ ਨੇੜੇ ਸਹਿਜੇ ਹੋਏ ਸੋ ਜੀ। ਮੁਸ਼ਕਲ ਇਸ ਲਈ ਹੈ, ਮੁਸ਼ਕਲ ਕਿਉਂ ਬਣੀ ਹੋਈ ਹੈ, ਉਹ ਇਤਨਾ ਨੇੜੇ ਹੁੰਦਾ ਹੋਇਆ ਵੀ ਮੈਨੂੰ ਦੂਰ ਕਿਉਂ ਲੱਗ ਰਿਹਾ, ਆ ਮੁਸ਼ਕਲ ਮੇਰੀ ਹੱਲ ਕਰੋ। ਸਤਿਗੁਰ ਪਾਤਸ਼ਾਹ ਜੀ ਕਹਿੰਦੇ ਨੇ ਉਸ ਮਾਲਕ ਨੂੰ ਚੇਤੇ ਕਰ, ਯਾਦ ਕਰ, ਸਿਮਰ, ਧਿਆਏ, ਗਾਇਕ ਨੂੰ ਗੋਬਿੰਦ, ਉਸ ਮਾਲਕ ਨੂੰ ਚੇਤੇ ਵਿੱਚ ਰੱਖ, ਉਹਨੂੰ ਧਿਆਨ ਵਿੱਚ ਰੱਖ, ਉਹਦੇ ਗੁਣ ਗਾ ਜੀ। ਕਦੋਂ ਕਦੋਂ ਕਿਹੜੇ ਕਿਹੜੇ ਵੇਲੇ, ਕੋਈ ਖਾਸ ਖਾਸ ਦਿਨ ਨੇ, ਕੋਈ ਮਸਿਆ ਪੂਰਨਮਾਸ਼ੀ ਹੈ, ਕੋਈ ਸੰਗਰਾਂਦ ਵਾਲਾ ਦਿਹਾੜਾ, ਅਸੀਂ ਦਿਨ ਡੀਅਟ ਕਰ ਲਏ ਨੇ। ਅੱਜ ਮੈਨੂੰ ਇੱਕ ਸਵਾਲ ਮੇਰੇ ਮਨ ਵਿੱਚ ਆਇਆ ਕੁਦਰਤੀ, ਅਤੇ ਮੈਂ ਤੁਹਾਡੇ ਕੋਲ ਉਹਦਾ ਜਵਾਬ ਮੰਗਣਾ ਚਾਹੁੰਦਾ। ਅਸੀਂ ਪ੍ਰਸ਼ਾਦਾ ਪਾਣੀ ਛਕਣ ਵਾਸਤੇ ਕੁਝ ਦਿਨ ਨਿਯਤ ਕੀਤੇ ਹੋਏ ਨੇ ਜੀ, ਕਿਉਂ ਜੀ ਤੁਸੀਂ ਇਸ ਗੱਲ ਦਾ ਮੈਨੂੰ ਮੇਰੀ ਮਦਦ ਕਰੋ, ਮੈਨੂੰ ਨਹੀਂ ਸਮਝ ਆ ਰਹੀ। ਅਸੀਂ ਕੁਝ ਦਿਨ ਨਿਯਤ ਕੀਤੇ ਹੋਏ ਨੇ ਵੀ ਅਸੀਂ ਫਲਾਣੇ ਦਿਨ ਪ੍ਰਸ਼ਾਦਾ ਛਕਣਾ, ਨਹੀਂ ਨਾ ਕੀਤੇ ਹੋਏ, ਰੋਜ਼ ਛਕਦੇ ਹਾਂ ਕਿ ਨਹੀਂ ਛਕਦੇ, ਰੋਜ਼ ਖਾਂਦੇ ਹਾਂ, ਤੇ ਰੱਬ ਨੂੰ ਚੇਤੇ ਕਰਨਾ ਰੋਜ਼ ਨਹੀਂ ਚੇਤੇ ਕਰਨਾ ਚਾਹੀਦਾ। ਸਤਿਗੁਰ ਗਰੀਬਨ ਬਾਜ ਪਾਤਸ਼ਾਹ ਕਹਿੰਦੇ ਨੇ ਸਿੱਖਾਂ ਆ ਸਭ ਕੁਛ ਤੇਰੇ ਆਲੇ ਦੁਆਲੇ ਹੀ ਪਿਆ ਹੋਇਆ, ਤੇਰੇ ਨੇੜੇ ਹੀ ਪਿਆ ਸਭ ਕੁਛ, ਬਸ ਫਿਰ ਸਿਰਫ ਫੋਲਾ ਫਾਲ ਹੀ ਕਰਨੀ ਹੈ ਨਾ, ਇਹ ਫੋਲ ਫਾਲ ਕੇ ਵੇਖਣਾ ਵੀ ਕਿਤੇ ਕੀ ਪਿਆ ਹੋਇਆ। ਇਹ ਘਰ ਵਿੱਚ ਕੋਈ ਚੀਜ਼ ਗੁਆਚ ਜਾਏ ਨਾ ਕਿਸੇ ਵੇਲੇ ਸਾਡੀ, ਅਸੀਂ ਸਾਰਾ ਵੀ ਫੋਲ ਮਾਰਦੇ ਹਾਂ, ਜਿੰਨੀ ਦੇਰ ਲੱਭੇ ਨਾ ਉਤਨੀ ਦੇਰ ਤੱਕ ਅਸੀਂ ਸਾਰੀ ਘਰ ਦੀ ਖੋਲਾ ਫਾਲੀ ਕਰਦੇ ਹਾਂ। ਤੇ ਗਰੀਬਨ ਬਾਜ ਪਾਤਸ਼ਾਹ ਜੀ ਕਹਿੰਦੇ ਨੇ ਬਸ ਇਸੇ ਤਰ੍ਹਾਂ ਆਹ ਖੋਲਾ ਫਾਲੀ ਕਰ ਲੈ, ਉਹ ਨਹੀਂ ਸਮਝ ਆ ਜਾਏਗੀ, ਪਤਾ ਚੱਲ ਜਾਏਗਾ। ਸਤਿਗੁਰ ਪਾਤਸ਼ਾਹ ਜੀ ਕਹਿੰਦੇ ਨੇ ਪ੍ਰਸ਼ਾਦਾ ਰੋਜ਼ ਛਕਦਾ ਹੈ, ਬਲਕਿ ਦੋ ਦੋ ਤਿੰਨ ਤਿੰਨ ਟਾਇਮ ਚਾਰ ਚਾਰ ਟਾਇਮ ਵੀ ਮਿਲ ਜਾਏ ਤੇ ਕੋਈ ਕਸਰ ਨਹੀਂ ਛੱਡਦਾ ਬੰਦਾ, ਕੋਈ ਲਿਹਾਜ਼ ਨਹੀਂ ਕਰਦਾ,
ਤੇ ਸਤਿਗੁਰ ਬਿਮਲ ਬਾਜ ਪਾਤਸ਼ਾਹ ਜੀ ਫਰਮਾਨ ਕਰਦੇ ਨੇ ਇਸ ਕਰਕੇ ਸਿਮਰ ਤੇ ਆਏ ਗਾਏ ਗੁਰੂ ਗੋਬਿੰਦ ਤੇ ਕਦੋਂ ਕਦੋਂ ਜੀ ਕਿਹੜੇ ਕਿਹੜੇ ਵੇਲੇ ਕਿਹੜੇ ਕਿਹੜੇ ਸਮੇਂ ਦਿਲ ਰਹਿਣ ਸਾਂਝ ਸਵੇਰੇ ਇਹਦਾ ਮਤਲਬ ਹੈ ਸਾਰੇ ਸਮੇਂ ਹੋ ਗਏ ਦਿਲੇ ਰਾਤੀ ਸਵੇਰੇ ਸਾਂਝੇ ਸਾਂਝ ਵੇਲੇ ਵੀ ਗਾਣਾ ਸ਼ਾਮ ਸਾਂਝ ਦਾ ਪੁਰਾਣੇ ਕਈ ਥਾਵਾਂ ਦੇ ਉੱਤੇ ਸਾਂਝ ਕਹਿੰਦੇ ਨੇ ਸ਼ਾਮ ਨੂੰ ਕਹਿੰਦੇ ਨੇ ਸਵੇਰੇ ਸ਼ਾਮੀ ਦਿਨੇ ਰਾਤੀ ਪਾਉ ਕੇ ਹਰ ਵੇਲੇ ਤੇ ਫਿਰ ਕੀ ਹੋਵੇਗਾ ਜੀ ਇਹਦੇ ਨਾਲ ਕੀ ਬਣੇਗਾ ਸਤਿਗੁਰ ਪਾਤਸ਼ਾਹ ਜੀ ਨੇ ਅਗਲੀ ਪੰਕਤੀ ਉਚਾਰਨ ਕੀਤੀ ਕਹਿੰਦੇ ਨੇ ਉਧਰ ਦੇਹ ਦੁਰਲਭ ਕਹਿੰਦੇ ਨੇ ਆਹ ਜਿਹੜੀ ਦੁਰਲਭ ਦੇਹ ਪ੍ਰਾਪਤ ਹੋਈ ਹੈ ਨਾ ਦੁਰਲਭ ਹੁੰਦੀ ਹੈ ਜਿਹੜੀ ਬੜੀ ਕੀ ਬੜੀ ਕੀਮਤੀ ਹੋ ਬੜੀ ਔਖੀ ਮਿਲੇ ਜਿਹੜੀ ਚੀਜ਼ ਬੜੀ ਔਖੀ ਪ੍ਰਾਪਤ ਹੋਵੇ ਉਹਨੂੰ ਦੁਰਲਭ ਆਖਿਆ ਜਾਂਦਾ ਮੁਸ਼ਕਿਲ ਲੱਗ ਰਿਹਾ ਕਹਿੰਦੇ ਨੇ ਉਧਰ ਦੇ ਦੁਰਲਭ ਇਸ ਦੁਰਲਭ ਦੇਹੀ ਨੂੰ ਉਧਰ ਨਾ ਹੁੰਦਾ ਸਫਲ ਕਰ ਲੈਣਾ ਸਫਲਤਾ ਪ੍ਰਾਪਤ ਕਰਨੀ ਜੀ ਕਿਵੇਂ ਹੋਵੇ ਸਾਧੂ ਸੰਗ ਹਰ ਹਰ ਨਾਮ ਦਿੱਤੇ ਨੇ ਗੁਰੂ ਦੇ ਸੰਗ ਵਿੱਚ ਆ ਕੇ ਉਸ ਮਾਲਕ ਨੇ ਯਾਦ ਵਿੱਚ ਆਪਣੇ ਸਮੇਂ ਨੂੰ ਬਤੀਤ ਕਰਨਾ ਸਾਧੂ ਤੋਂ ਅਰਥ ਗੁਰੂ ਨੇ ਗੁਰੂ ਦੇ ਸੰਗ ਵਿੱਚ ਆ ਕੇ ਕਿਉਂਕਿ ਗੁਰੂ ਗੁਣਾਂ ਦਾ ਖਜ਼ਾਨਾ ਹੈ ਇੱਕ ਸ਼ਬਦ ਤੁਸੀਂ ਬੜੇ ਵਾਰੀ ਪੜ੍ਹਦੇ ਹੋ ਤਿੰਤ ਸਰਵਰੜੈ ਭਈ ਦੇ ਜਵਾਸਾ ਮਾਣੀ ਪਾਵਕ ਤਿਨੇ ਕੀਆ ਪੰਕਜ ਮੋਹ ਪਗ ਨਹੀਂ ਚੱਲਦੇ ਹਮ ਦੇਖਾਂ ਤੈ ਡੂਬੀ ਵਾਲੇ ਮਨ ਏਕ ਨ ਚੇਤਸ ਮੂੜ ਮਨਾ ਅਗਲੀ ਪੰਕਤੀ ਪੜੋ ਜੈ ਸ਼ਬਦ ਹਰ ਵਿਸਰਤ ਤੇਰੇ ਗੁਣ ਗਲਿਆ ਕਹਿੰਦੇ ਨੇ ਰੱਬ ਨੂੰ ਵਿਸਾਰ ਕੇ ਗੁਣ ਗਲਦੇ ਨੇ ਸਾਡੇ ਤੋਂ ਗੁਣ ਖਰਾਬ ਹੋ ਜਾਏ ਇਹ ਜਿਹੜਾ ਆਲੂ ਗਲ ਜਾਏ ਅਸੀਂ ਉਹਨੂੰ ਸੰਭਾਲ ਕੇ ਰੱਖੀਦਾ ਪਿਆਜ਼ ਗਲ ਜਾਏ ਜਿਹੜਾ ਸੇਬ ਫਰੂਟਾਂ ਵਿੱਚੋਂ ਸਭ ਤੋਂ ਉੱਤਮ ਮੰਨਿਆ ਗਿਆ ਚਲੋ ਹੋਰ ਵੀ ਹੋ ਸਕਦੇ ਨੇ ਜੇ ਸੇਬ ਪਿਆ ਪਿਆ ਗਲ ਜਾਏ ਤਾਂ ਅਸੀਂ ਉਹਨੂੰ ਸੰਭਾਲ ਕੇ ਰੱਖਾਂਗੇ ਜੀ ਨਹੀਂ ਰੱਖਦਾ ਅਤੇ ਜੇ ਬੰਦੇ ਕੋਲੋਂ ਗੁਣ ਗਲ ਜਾਣ ਇਹਨੂੰ ਕੌਣ ਸੰਭਾਲੇਗਾ ਇਹਦੀ ਦੇਖਭਾਲ ਕੌਣ ਕਰੇਗਾ ਸਤਿਗੁਰ ਗਰੀਬਨ ਵਾਜ ਪਾਤਸ਼ਾਹ ਜੀ ਕਹਿੰਦੇ ਨੇ ਬੰਦਿਆ ਪਰਮੇਸ਼ਰ ਨੂੰ ਵਿਸਾਰ ਕੇ ਪਰਮੇਸ਼ਰ ਨੂੰ ਭੁੱਲ ਕੇ ਸਾਡੇ ਵਿੱਚੋਂ ਗੁਣ ਗਲਦੇ ਨੇ ਗੁਣ ਖਤਮ ਹੁੰਦੇ ਨੇ ਹਰ ਵਿਸਰਤ ਤੇਰੇ ਗੁਣ ਗਲਿਆ ਰੱਬ ਨੂੰ ਨਾ ਭੁਲਾ ਤੇਰੇ ਗੁਣ ਗਲ ਜਾਣਗੇ ਤੇਰੇ ਗੁਣ ਖਤਮ ਹੋ ਜਾਣਗੇ ਖਰਾਬ ਹੋ ਜਾਣਗੇ ਜਿਵੇਂ ਤੂੰ ਆਲੂ ਚੁੱਕੇ ਬਾਹਰ ਮਾਰਦਾ ਨਾ ਬਗਾ ਦੇ ਬਾਹਰ ਰੈਸ਼ ਬਸ ਐਂ ਸਮਝ ਲੈ ਵੀ ਇਹੀ ਹਾਲ ਹੋਣ ਵਾਲਾ ਜਿੱਦਣ ਗੁਣ ਖਰਾਬ ਹੋ ਗਏ ਗੁਣ ਨਿਕਲ ਗਏ ਵਿੱਚੋਂ ਗੁਣਹੀਣ ਹੋ ਗਿਆ ਗੁਣਾਂ ਤੋਂ ਬਗੈਰ ਹੋ ਗਿਆ ਆਹੀ ਹਾਲ ਹੁੰਦਾ ਇਸ ਕਰਕੇ ਗਰੀਬ ਨਵਾਜ ਇੰਨਾ ਸਮਝ ਵੀ ਪਿਆਜ਼ ਆਲੂ ਦਾ ਹਾਲ ਹੋ ਰਿਹਾ ਆਪਣਾ ਵੀ ਇਹੀ ਹੁੰਦਾ ਬੰਦੇ ਦਾ ਵੀ ਇਹੀ ਹੁੰਦਾ ਇਸ ਕਰਕੇ ਗਰੀਬ ਨਵਾਜ ਪਾਤਸ਼ਾਹ ਜੀ ਨੇ ਆਖਿਆ ਕਹਿਣ ਲੱਗੇ ਉਧਰ ਦੇ ਦੁਰਲਭ ਜੀ ਕਿਵੇਂ ਉਧਰੇਗੀ ਕਿਵੇਂ ਸਫਲ ਹੋਏਗੀ ਕਹਿੰਦੇ ਨੇ ਸਾਧੂ ਸੰਗ ਹਰ ਹਰ ਨਾਮ ਚ ਪੇਰੇ ਕਹਿੰਦੇ ਨੇ ਉਸ ਮਾਲਕ ਦੇ ਨਾਲ ਗੁਰੂ ਦੇ ਨਾਲ ਮਿਲ ਕੇ ਉਸ ਪਰਮੇਸ਼ਵਰ ਨੂੰ ਚੇਤੇ ਕਰ ਤੇ ਹੁਣ ਚੇਤੇ ਕਰਨ ਲੱਗਿਆਂ ਜਿੱਥੇ ਪਹਿਲਾਂ ਜ਼ਿਕਰ ਕੀਤਾ ਸੀ ਦਿਨ ਰਹਿਣ ਸਾਂਝ ਸਵੇਰੇ ਭਾਵ ਕੇ ਦਿਨ ਦਾ ਜ਼ਿਕਰ ਕਰ ਦਿੱਤਾ ਫਿਰ ਦਿਨ ਤੋਂ ਸਿੱਧਾ ਟੱਪੇ ਤੇ ਰਾਤ ਤੇ ਆ ਗਏ ਸਵੇਰ ਤੋਂ ਸਵੇਰੇ ਦਾ ਜ਼ਿਕਰ ਕਰਤਾ ਸਵੇਰੇ ਤੋਂ ਲੈ ਕੇ ਸਿੱਧਾ ਸ਼ਾਮ ਤੱਕ ਪਹੁੰਚ ਗਏ ਇਹਦਾ ਮਤਲਬ ਗਹਿਕ ਹੋ ਗਿਆ ਨਾ ਬੜਾ ਬੜਾ ਹੁਣ ਅਸੀਂ ਐਂ ਸੋਚ ਕੇ ਬੈਠ ਗਏ ਵੀ ਚਲੋ ਜੀ ਸਵੇਰੇ ਜਪ ਲਏ ਆ ਸ਼ਾਮ ਨੂੰ ਜਪ ਲਏ ਆ ਰਾਤੀ ਸੌਣ ਲੱਗਿਆ ਜਪ ਲਿਆ ਸਵੇਰੇ ਜਪ ਲਿਆ ਸਾਡੇ ਸਾਹਿਬ ਦਾ ਤਾਂ ਹੋ ਗਿਆ ਵੀ ਗੁਰੂ ਸਾਹਿਬ ਨੇ ਸਾਨੂੰ ਇੰਨਾ ਕੀ ਕਹਿ ਰਹੇ ਨੇ ਹੁਣ ਅਗਲੀ ਪੰਕਤੀ ਇਸ ਪਵਿੱਤਰ ਸ਼ਬਦ ਦੀ ਪੜੋਗੇ ਨਾ ਇਹ ਬਿਲਕੁਲ ਵੱਖਰੀ
ਗੱਲ ਸਤਗੁਰ ਪਾਤਸ਼ਾਹ ਜੀ ਨੇ ਕਹਿ ਦਿੱਤੀ। ਕਹਿਣਗੇ ਕਹਿੰਦੇ ਨੇ ਉਸ ਮਾਲਕ ਨੂੰ ਕਹਿੰਦੇ ਨੇ ਦੁਰਲਭ ਦੇ ਉਧਰ ਦੇ ਦੁਰਲਭ ਸਾਧੂ ਸੰਗ ਹਰ ਹਰ ਨਾਮ ਜਪੇਰੇ। ਤੇ ਹੁਣ ਜਪਣ ਦਾ ਸਮਾਂ ਦੀਰਤ ਕੀ ਹੈ, ਕਿਹੜਾ ਕਿਹੜੇ ਸਮੇਂ, ਕਿਹੜਾ ਕਿਹੜਾ ਵਾਲਾ। ਪਹਿਲੇ ਵੀ ਕੀਤਾ ਸੀ, ਪਹਿਲੇ ਦੱਸਿਆ ਸੀ ਦਿਨ ਰੈਣ ਸਾਂਝ ਸਵੇਰ। ਹੁਣ ਇਸ ਪੰਕਤੀ ਅੰਦਰ ਸਤਿਗੁਰ ਪਾਤਸ਼ਾਹ ਜੀ ਨੇ ਬਿਲਕੁਲ ਹੋਰ ਲਖੇੜਾ ਕਰ ਦਿੱਤਾ ਜੀ, ਵੀ ਕਿਤੇ ਬੰਦਾ ਇਹ ਨਾ ਸੋਚੇ ਵੀ 12 ਘੰਟੇ ਬਾਅਦ ਹੀ ਜਪਣਾ, ਬਿਲਕੁਲ ਨਹੀਂ। ਵੀ 24 ਘੰਟੇ ਦੇ ਵਿੱਚ 12 ਘੰਟੇ ਬਾਅਦ ਜਪ ਲਿਆ ਜਾਏ, ਠੀਕ ਹੈ। ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਅਗਲੀ ਪੰਕਤੀ ਉਚਾਰਨ ਕੀਤੀ, ਕਹਿੰਦੇ ਨੇ ਘਰੀ ਨਾ ਬਹੁਤ ਨਾ ਚਸਾ ਵਿਲੰਬ ਹੋ। ਇੱਕ ਘੜੀ ਬਹੁਤ ਨਾ ਚਸਾ, ਇਹ ਸਾਰੀਆਂ ਗਿਣਤੀਆਂ ਨੇ। ਇਹ ਮਿਣਤੀ ਗਿਣਤੀ ਦੇ ਹਿਸਾਬ ਨਾਲ ਜਿਸ ਨੂੰ ਅਸੀਂ ਤੁਸੀਂ ਸੋਹਣੇ ਦੀ ਬਾਣੀ ਦਾ ਪਾਠ ਕਰਦੇ ਹੋ ਉਹਦੇ ਅੰਦਰ ਇੱਕ ਪੰਕਤੀ ਤੁਹਾਨੂੰ ਪੜ੍ਹਨ ਨੂੰ ਮਿਲਦੀ ਹੈ। ਵਿਸਵੇ ਚਸਿਆਂ ਘੜੀਆਂ ਪਹਿਰਾਂ ਸਿੱਥੀ ਵਾਰੀ ਮਾਂ ਹੋ। ਅੱਖ ਦੇ ਝਮਕਣ ਨੂੰ ਇੱਕ ਵਿਸਾ ਕਹਿੰਦੇ ਨੇ, ਵਿਸਾ ਅੱਖ ਕਿਤੇ ਵਾਰ ਜਿਤਨੀ ਵਾਰੀ ਇੱਕ ਵਾਰੀ ਝਮਕੇ ਉਹਦੀ ਮਿਣਤੀ ਦਾ ਨਾਮ ਰੱਖਿਆ ਹੋਇਆ ਹੈ ਪੁਰਾਣੇ ਲੋਕਾਂ ਨੇ ਵਿਸਾ। ਤੇ ਜੇ 15 ਵਾਰ ਝਮਕੇ ਅੱਖ ਤੇ ਉਹਨੂੰ ਕਹਿੰਦੇ ਨੇ ਚਸਾ। ਉਹਨਾਂ ਦੀ ਗਿਣਤੀ ਫਿਰ ਕਿਸੇ ਵੇਲੇ ਤੁਸੀਂ ਧਿਆਨ ਨਾਲ ਵੇਖਣਾ ਚਾਹੋ, ਮੇਰੇ ਕੋਲ ਪੁੱਛਣਾ ਚਾਹੋ, ਜੇ ਪੁੱਛ ਲੈਣਾ ਅੰਨ ਪਾਣੀ ਜਾਣਾ ਚਾਹੋ। ਸਤਿਗੁਰ ਪਾਤਸ਼ਾਹ ਜੀ ਕਹਿੰਦੇ ਨੇ ਮੈਂ ਇਤਨਾ ਸਮਾਂ ਵੀ ਮਾਲਕ ਜੀ ਤੁਹਾਨੂੰ ਨਾ ਤੁਹਾਡੇ ਕੋਲੋਂ ਵਿਲੰਬ ਹੋ, ਵਿਲੰਬ ਹੁੰਦਾ ਦੂਰ ਹੋਣਾ, ਫਾਸਲਾ। ਮਾਲਕ ਜੀ ਮੈਂ ਇਤਨਾ ਫਾਸਲਾ ਵੀ ਨਹੀਂ ਚਾਹੁੰਦਾ, ਭਾਵ ਕਿ ਮੈਂ ਵਿਸਲੇ ਚਸਿਆਂ ਘੜੀਆਂ ਇਹ ਇਤਨਾ ਵੀ ਫਾਸਲਾ ਨਹੀਂ ਚਾਹੁੰਦਾ ਮੈਂ, ਮੇਰੇ ਵਿੱਚ ਤੁਹਾਡੇ ਵਿੱਚ ਇਤਨਾ ਵੀ ਫਾਸਲਾ ਯਾਦ ਵਿੱਚ ਫਾਸਲਾ ਨਹੀਂ ਹੋਣਾ ਚਾਹੀਦਾ, ਭਾਵ ਕਿ ਮੇਰੇ ਅੱਖ ਝਮਕਣ ਦੇ ਵੇਲੇ ਤੱਕ ਵੀ ਮੇਰਾ ਅਤੇ ਤੁਹਾਡੇ ਵਿੱਚ ਫਾਸਲਾ ਨਹੀਂ ਹੋਣਾ ਚਾਹੀਦਾ। ਉਹ ਕਹਦੇ ਲਈ ਐਸਾ ਕਿਉਂ ਕਹਿ ਰਹੇ ਹੈ, ਭਗਤੀ ਦੇ ਅਗਲੇ ਹਿੱਸੇ ਵਿੱਚ ਜਿਹੜੀ ਗੱਲ ਕਹੀ ਹੈ ਨਾ ਸਤਿਗੁਰ ਭਾਈ ਕਹਿੰਦੇ ਨੇ ਕਾਲ ਮਿਲਦਾ ਹੈ ਤੇ ਹੈ ਹੈਰਾ ਹੁੰਦਾ, ਬੜਾ ਧਿਆਨ ਨਾਲ ਕਿਸੇ ਵਾਲੇ ਪਾਸੇ ਪੂਰਾ ਧਿਆਨ ਲਾ ਕੇ ਵੇਖਣਾ, ਉਹਨੂੰ ਕਹਿੰਦੇ ਨੇ ਹੈ ਹੇਰਨਾ। ਕਹਿੰਦੇ ਨੇ ਆਹ ਵੇਖ ਮਹਾਰਾਜ ਜੀ, ਇਸ ਕਰਕੇ ਮੈਂ ਆਹ ਗੱਲ ਕਹਿ ਰਿਹਾ ਕਿਉਂਕਿ ਕਾਲ ਮੇਰੇ ਵੱਲ ਬੜੀ ਟਿਕਟਕੀ ਲਗਾ ਕੇ ਵੇਖ ਰਿਹਾ। ਤੁਸੀਂ ਬਾਬਾ ਕਬੀਰ ਜੀ ਦੇ ਅੱਗੇ ਬਚਨ ਤੁਹਾਡੇ ਧਿਆਨ ਵਿੱਚ ਹੋਵੇਗਾ, ਦਿਨ ਦੇ ਰਹਿਣ ਰਹਿਣ ਦੇ ਘੜੀਆਂ ਆਪ ਘਟਾ ਤਨ ਛੀਜ ਹੈ। ਅਗਲੀ ਭਗਤੀ ਗੁਰਦੇਵ ਜੀ ਉਚਾਰਨ ਕਰਦੇ ਨੇ, ਬਾਬਾ ਕਬੀਰ ਜੀ ਕਹਿੰਦੇ ਨੇ ਕਾਲ ਹੀਰੀ ਫਿਰੈ ਵਧਕ ਜਿਉ ਕਹੋ ਕਵਨ ਵਿਧ ਕੀਜੈ। ਕਹਿੰਦੇ ਨੇ ਕਾਲ ਸ਼ਿਕਾਰੀ ਵਾਂਗੂ ਤੁਰਿਆ ਫਿਰਦਾ ਸਾਡੇ ਮਗਰ, ਕਾਲ ਹੀਰੀ ਹੀਰੀ ਉਹਦਾ ਬਿਲਕੁਲ ਸਿਰ ਲਾ ਕੇ ਬੈਠਾ, ਧਿਆਨ ਲਾ ਕੇ ਬੈਠਾ ਵੀ ਮੇਰੀ ਨਿਗਾਹ ਤੋਂ ਇਹ ਸ਼ਿਕਾਰ ਆਸੇ ਪਾਸੇ ਨਹੀਂ ਹੋਣਾ ਚਾਹੀਦਾ ਕਿ ਮੈਂ ਇਹਦੇ ਉੱਤੇ ਨਿਸ਼ਾਨਾ ਜਦੋਂ ਲਾਵਾਂ ਬਿਲਕੁਲ ਠੀਕ ਇਹਦੇ ਉੱਤੇ ਜਾ। ਇਹਨੂੰ ਕਹਿੰਦੇ ਨੇ ਅਹੇਰਨਾ। ਬਾਬਾ ਕਬੀਰ ਜੀ ਕਹਿੰਦੇ ਕਾਲ ਹੀਰੀ ਫਿਰੈ ਵਧਕ ਜਿਉ ਅਵੇਖ। ਕਹਿੰਦੇ ਨੇ ਸ਼ਿਕਾਰੀ ਕਹਿੰਦੇ ਨੇ ਕਿਸ ਤਰ੍ਹਾਂ ਦੇ ਨਾਲ ਨਿਸ਼ਾਨਾ ਲਾ ਕੇ ਬੈਠਾ ਹੋਇਆ, ਆਪਣੇ ਧਿਆਨ ਨੂੰ ਆਸੇ ਪਾਸੇ ਨਹੀਂ ਜਾਣਦਾ, ਬਿਲਕੁਲ ਇੱਕ ਥਾਂ ਦੇ ਉੱਤੇ ਉਹਨੇ ਫੋਕਸ ਕੀਤਾ ਹੋਇਆ ਆਪਣੇ ਧਿਆਨ ਨੂੰ। ਜੇ ਬਾਬਾ ਜੀ ਫਰਮਾਨ ਕਰਦੇ ਨੇ ਕਹਿੰਦੇ ਨੇ ਮਾਲਕ ਜੀ ਮੈਂ ਤੁਹਾਡੇ ਕੋਲੋਂ ਇੱਕ ਵਿਸ਼ਾ ਜੱਸਾ ਵੀ ਤੁਹਾਡੇ ਕੋਲੋਂ ਮੈਂ ਨਹੀਂ ਵਿਛੜਨਾ ਚਾਹੁੰਦਾ, ਮੇਰੇ ਕੋਲੋਂ ਦੂਰ ਨਾ ਹੋਵੋ, ਮੈਂ ਤੁਹਾਨੂੰ ਇਤਨਾ ਸਮਾਂ ਵੀ ਨਾ ਵਿਸਾਰ ਸਕਾਂ ਕਿਉਂਕਿ ਕਾਲ ਤੇ ਮੈਨੂੰ ਸਤਿਗੁਰ ਪਾਤਸ਼ਾਹ ਜੀ ਕਹੇ ਕਾਲ ਨਿਤੈ ਨਿਤ ਹੈ। ਕਹਿੰਦੇ ਨੇ ਕਾਲ ਤੇ ਮੇਰੇ ਦੁਆਲੇ ਖੜਾ ਹੈ ਔਰ ਮੇਰੇ ਤੇ ਬਿਲਕੁਲ ਆਪਣਾ ਪੂਰਾ ਫੋਕਸ ਹੋ ਕੇ ਮੇਰੇ ਉੱਤੇ ਉਹਦਾ ਧਿਆਨ ਹੈ। ਅਗਲੀ ਪੰਕਤੀ ਗੁਰਦੇਵ ਪਾਤਸ਼ਾਹ ਜੀ ਨੂੰ ਚਾਰਜ ਕੀਤੀ, ਕਹਿੰਦੇ ਅੰਧ ਬੇਲਾ ਤੋਂ ਕਾਢੋ ਕਰਦੇ ਕਿਆ ਕਰਦੇ ਇਹ ਮਾਲਕ ਜੀ। ਬਿੱਲ ਕਹਿੰਦੇ ਨੇ ਖੁੜ ਨੂੰ, ਖੂਹ ਨੂੰ ਵੀ ਆਖਿਆ ਜਾਂਦਾ। ਕਹਿੰਦੇ ਮਾਲਕ ਜੀ ਮੈਨੂੰ ਉਸ ਖੂਹ ਵਿੱਚੋਂ ਕੱਢੋ, ਉਸ ਬਿੱਲ ਵਿੱਚੋਂ ਕੱਢੋ। ਕਹਿੰਦੇ ਨੇ ਜਿਹੜੀ ਖੁੱਡ ਹੁੰਦੀ ਹੈ ਨਾ ਉਹਦੇ ਅੰਦਰ ਕੋਈ ਚਾਨਣ ਨਹੀਂ ਹੁੰਦਾ, ਹਨੇਰਾ, ਕਿਉਂਕਿ ਉਹਦਾ ਆਕਾਰ ਕੋਈ ਬਹੁਤਾ ਵੱਡਾ ਨਹੀਂ ਹੁੰਦਾ।
ਛੋਟਾ ਆਕਾਰ ਹੋਣ ਕਰਕੇ ਉਹਦੇ ਅੰਦਰ ਚਾਨਣ ਥੋੜੇ ਜਿਹੇ ਅੱਗੇ ਤੱਕ ਜਾਏਗਾ, ਉਸ ਤੋਂ ਬਾਅਦ ਅੱਗੇ ਚਾਨਣ ਨਹੀਂ ਜਾਏਗਾ, ਹਨੇਰਾ ਹੁੰਦਾ। ਜੇ ਸਤਿਗੁਰ ਪਾਤਸ਼ਾਹ ਜੀ ਮੈਂ ਵੀ ਆਪਣਾ ਜੀਵਨ ਬਤੀਤ ਕਰ ਰਿਹਾ ਹਾਂ ਬਿਲਕੁਲ ਉਸੇ ਤਰ੍ਹਾਂ ਦੇ ਨਾਲ ਜਿਵੇਂ ਕੋਈ ਚੀਜ਼ ਖੁੱਡ ਵਿੱਚ ਹੋਵੇ ਅਤੇ ਉਹਦੇ ਤੱਕ ਚਾਨਣ ਨਾ ਜਾਏ, ਭਾਵ ਕਿ ਮੈਂ ਅਗਿਆਨਤਾ ਦੇ ਅੰਧੇਰੇ ਵਿੱਚ ਆਪਣਾ ਜੀਵਨ ਬਤੀਤ ਕਰ ਰਿਹਾ, ਔਰ ਇਸ ਅਗਿਆਨਤਾ ਦੇ ਅੰਧੇਰੇ ਵਿੱਚੋਂ ਕਿਰਪਾ ਕਰਕੇ ਮੈਨੂੰ ਬਾਹਰ ਕੱਢ। ਹੁਣ ਕਿਤਨੇ ਭਰੋਸੇ ਨਾਲ ਇਹ ਗੱਲ ਆਖੀ ਹੈ ਵੀ ਮੈਨੂੰ ਇਸ ਚੋਂ ਬਾਹਰ ਕੱਢੋ, ਇਹ ਕਿਤਨਾ ਭਰੋਸਾ ਹੈ। ਮੈਂ ਅੱਗੇ ਵੀ ਇੱਕ ਦਿਨ ਬੇਨਤੀ ਕੀਤੀ ਸੀ ਵੀ ਸਾਡਾ ਭਰੋਸਾ ਹੀ ਨਹੀਂ ਖਲੋਦਾ ਕਿਸੇ ਪਾਸੇ, ਅਸੀਂ ਤੇ ਡੋਲਦੇ ਫਿਰਦੇ ਹਾਂ, ਕਦੇ ਇੱਧਰ ਕਦੇ ਇੱਧਰ, ਕਦੇ ਇੱਧਰ ਕਦੇ ਇੱਧਰ, ਜਿਵੇਂ ਥਾਲੀ 'ਚ ਪਾਣੀ ਪਾਇਆ ਹੋਵੇ ਉਹ ਨਹੀਂ ਟਿਕਦਾ। ਤੁਸੀਂ ਤੁਰਦੇ ਹੋ 10 ਕਦਮ ਚੱਲੋ ਤੇ ਪਾਣੀ ਕਦੇ ਇਸ ਪਾਸੇ ਡੁੱਲ ਜਾਏਗਾ, ਕਦੇ ਇੱਧਰ ਡੁੱਲੇਗਾ। ਸਾਡਾ ਭਰੋਸਾ ਵੀ ਇਸੇ ਤਰ੍ਹਾਂ ਦੇ ਨਾਲ ਡੋਲਦਾ ਪੈਂਦਾ। ਸਤਿਗੁਰ ਗਰੀਬ ਨਵਾਜ ਪਾਤਸ਼ਾਹ ਜੀ ਪ੍ਰਮਾਨ ਕਰਦੇ ਨੇ ਅਗਲੀ ਪੰਕਤੀ, ਕਹਿੰਦੇ ਨੇ ਮਾਲਕ ਜੀ ਅੰਗ ਬਿਲਾ ਤੇ ਕਾਢੋ ਕਰਦੇ ਕਿਆ ਨਾ ਹੀ ਕਰਦੇ ਨੇ। ਮਾਲਕ ਜੀ ਤੇਰੇ ਘਰ ਚ ਕੀ ਨਹੀਂ ਹੈ, ਤੂੰ ਕੋਈ ਨਹੀਂ ਕਰ ਸਕਦਾ, ਜੋ ਕੁਝ ਤੂੰ ਕਰਨਾ ਚਾਹੁੰਦੇ ਮਾਲਕ ਜੀ ਉਹ ਤੂੰ ਕਰ ਸਕਦਾ। ਤੁਸੀਂ ਸਤਿਗੁਰ ਪਾਤਸ਼ਾਹ ਜੀ ਦੀ ਪਵਿੱਤਰ ਮੁਬਾਰਕ ਬਾਣੀ ਇਹ ਹੁਣੇ ਹੀ ਸਮਾਪਤੀ ਵੇਲੇ ਪੜ੍ਹਾਂਗੇ, ਆਨੰਦ ਦੀ ਬਾਣੀ ਇਹ 40 ਦੀ ਪੌੜੀ ਪੜ੍ਹਿਓ ਜਰਾ, ਆਨੰਦ ਸੁਣੋ ਪ੍ਰਭਾਗੀ ਹੋ। ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਸੂਲੇ, ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ। ਆ ਸੱਚੀ ਬਾਣੀ ਦੇ ਕੋਲ ਇਤਨੀਆਂ ਤਾਕਤਾਂ ਨੇ, ਇਸ ਕਰਕੇ ਗਰੀਬ ਨਵਾਜ ਪਾਤਸ਼ਾਹ ਜੀ ਨੇ ਆਨੰਦ ਦੀ ਪੌੜੀ ਅੰਦਰ ਇੱਕ ਅੰਦਰ ਇਹ ਸਾਨੂੰ ਸਮਝਾਇਆ। ਸਤਿਗੁਰ ਪਾਤਸ਼ਾਹ ਜੀ ਕਹਿੰਦੇ ਨੇ ਸਾਚੇ ਸਾਹਿਬਾ ਕਿਆ ਹੀ ਕਰਦੇ ਨੇ, ਕਿਹੜੀ ਚੀਜ਼ ਹੈ ਜਿਹੜੀ ਘਰ ਤੇਰੇ ਘਰ ਵਿੱਚ ਨਹੀਂ, ਫਿਰ ਕਿਤੇ ਕਿਸੇ ਨੂੰ ਭੁਲੇਖਾ ਨਾ ਪੈ ਜਾਏ ਵੀ ਪਤਾ ਨਹੀਂ ਆ ਹੋਣੀ ਹੈ ਕਿ ਨਹੀਂ ਹੋਣੀ। ਫਿਰ ਅਗਲੀ ਪੰਕਤੀ ਨਾਲ ਹੀ ਕਹਿੰਦੀ, ਕਹਿੰਦੇ ਨੇ ਘਰ ਤਾਂ ਤੇਰਾ ਸਭ ਕੁਛ ਹੈ, ਸਭ ਕੁਛ ਹੈ ਤੇਰੇ ਘਰ ਵਿੱਚ, ਇਹ ਨਹੀਂ ਵੀ ਕੋਈ ਗੁਣਤੀ ਨਹੀਂ ਹੈ, ਕੋਈ ਲਿਮਿਟਡ ਵਸਤੂਆਂ ਨੇ ਬਿਲਕੁਲ ਨਹੀਂ। ਇਸ ਕਰਕੇ ਗਰੀਬ ਨਵਾਜ ਪਾਤਸ਼ਾਹ ਜੀ ਨੇ ਕਿਤਨੇ ਭਰੋਸੇ ਨਾਲ ਇਹ ਗੱਲ ਸਿੱਖ ਨੂੰ ਸਮਝਾਈ ਵੀ ਸਿੱਖਾਂ ਆਹ ਭਰੋਸਾ ਤੇਰਾ ਬਣਿਆ ਰਹਿਣਾ ਚਾਹੀਦਾ, ਅੰਧ ਬਿਲਾ ਤੇ ਕਾਢੋ ਕਰਦੇ ਕਿਆ ਨਾ ਹੀ ਕਰਦੇ ਰਹੇ, ਨਾਮ ਆਧਾਰ ਦੀਜੈ ਨਾਨਕ ਕੋ। ਮਾਲਕ ਜੀ ਆਪਣੇ ਨਾਮ ਦਾ ਆਧਾਰ ਮੈਨੂੰ ਬਖਸ਼ਿਸ਼ ਕਰੋ, ਉਹਦੇ ਨਾਲ ਕੀ ਹੋਵੇਗਾ, ਆਨੰਦ ਸੁਖ ਭਲੇ ਮੇਰੇ ਘਰ ਵਿੱਚ ਆਨੰਦ ਹੋਵੇਗਾ, ਸੁੱਖ ਹੋਵੇਗਾ, ਤਾਂ ਮੇਰੇ ਸੁੱਖ ਹੋਣਗੇ। ਇਹ ਤਾਂ ਹੀ ਹੋਣਗੇ ਜਿਸ ਦਿਨ ਸਾਨੂੰ ਇਸ ਗੱਲ ਦੀ ਪ੍ਰਤੀਤ ਬਣ ਆਏਗੀ, ਸੋ ਪ੍ਰਭ ਨੇੜੇ ਹੋਣ ਤੇ ਨੇੜੇ। ਇਸ ਪ੍ਰਤੀਤ ਨੂੰ ਕਾਇਮ ਰੱਖਣਾ ਬੜਾ ਜ਼ਰੂਰੀ ਹੈ, ਇਸ ਕਰਕੇ ਇਹ ਭਰੋਸਾ ਬੜਾ ਜ਼ਰੂਰੀ ਹੈ। ਇਸ ਭਰੋਸੇ ਨੂੰ ਕਾਇਮ ਰੱਖਣ ਵਾਸਤੇ ਗੁਰਦੇਵ ਪਿਤਾ ਜੀ ਨੇ ਇਹ ਪਾਵਨ ਪਵਿੱਤਰ ਸ਼ਬਦ ਰਾਹੀਂ ਸਾਨੂੰ ਉਪਦੇਸ਼ ਬਖਸ਼ਿਸ਼ ਕੀਤਾ। ਧੰਨ ਗੁਰੂ ਅਰਜਨ ਸਾਹਿਬ ਜੀ ਦਾ ਪਵਿੱਤਰ ਬਚਨ ਦੇਵਗੰਧਾਰੀ ਗ੍ਰੰਥ ਦੇ ਅੰਦਰ 530 ਪੰਨੇ ਉੱਤੇ ਇਹ ਗੁਰਦੇਵ ਪੰਜਵੇਂ ਪਾਤਸ਼ਾਹ ਜੀ ਦਾ, ਧੰਨ ਗੁਰੂ ਅਰਜਨ ਸਾਹਿਬ ਜੀ ਦਾ ਬਾਰਵਾਂ ਸ਼ਬਦ ਹੈ, ਤੇ ਇਹਦੇ ਸ਼ਬਦ ਦੇ ਪਿੱਛੇ ਨਾਲ ਲਿਖਿਆ ਹੈ ਛੱਪਾ ਦੂਜਾ। ਪਹਿਲਾਂ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਸ਼ਬਦ ਜਦੋਂ ਆਏ ਸਨ 6 ਸ਼ਬਦ ਪੂਰੇ ਹੋਏ ਸਨ ਤੇ ਉਹਦੇ ਪਿੱਛੇ ਲਿਖਿਆ ਸੀ ਛੱਕਾ ਪਹਿਲਾ, ਇੱਥੇ ਹੁਣ 12 ਸ਼ਬਦ ਪੂਰੇ ਹੋ ਗਏ ਤੇ 12 ਸ਼ਬਦ ਦੇ ਪਿੱਛੇ ਨਾਲ ਨੋਟ ਪਾ ਦਿੱਤਾ ਗੁਰੂ ਸਾਹਿਬ ਜੀ ਨੇ ਛੱਕਾ ਦੂਜਾ, ਭਾਵ ਕਿ 12 ਸ਼ਬਦ 6-6 ਸ਼ਬਦ ਦਾ ਇੱਕ ਇੱਕ ਸਮੂਹ। ਇਹ ਤੁਸੀਂ ਕ੍ਰਿਕਟ ਖੇਡਣ ਵਾਲੇ ਜਾਣਦੇ ਹੋ, ਚੌਕੇ ਛੱਕੇ ਸਾਰੇ ਵੀ ਛੱਕਾ ਦੇ ਨੂੰ ਕਹਿੰਦੇ ਨੇ। 6 ਸ਼ਬਦਾਂ ਦੇ ਸਮੂਹ ਨੂੰ, 6 ਦੀ ਗਿਣਤੀ ਦੇ ਸਮੂਹ ਨੂੰ ਛੱਕਾ ਆਖਿਆ ਜਾਂਦਾ ਹੈ। ਤੇ ਸਤਿਗੁਰ ਪਾਤਸ਼ਾਹ ਜੀ ਨੇ ਜਿੱਥੇ 12 ਸ਼ਬਦ ਕੰਪਲੀਟ ਹੋਏ ਗੁਰੂ ਅਰਜਨ ਸਾਹਿਬ ਜੀ ਦੇ, ਉੱਥੇ ਨਾਲ ਲਿਖਦਾ ਛੱਕਾ ਦੂਜਾ। ਤੇ ਸਤਿਗੁਰ ਪਾਤਸ਼ਾਹ ਜੀ ਦਾ ਇਹ ਪਵਿੱਤਰ ਬਚਨ ਜੋ ਮੈਂ ਫਿਰ ਇੱਕ ਵਾਰੀ ਬੇਨਤੀ ਕਰਾਂ,
503 ਪੰਨੇ ਉੱਤੇ ਧੰਨ ਗੁਰੂ ਅਰਜਨ ਸਾਹਿਬ ਦਾ ਜਨਮ ਕੀਤਾ ਹੋਇਆ। ਅੱਜ ਦੀ ਇਸ ਲੜੀ ਵਾਰੀ ਸ਼ਾਮਿਲ ਸੀ। ਆਓ ਸਤਿਗੁਰੂ ਜੀ ਪਾਸੋਂ ਅਸੀਂ ਇਹ ਦਾਤ ਮੰਗੀਏ ਅਤੇ ਇਸ ਭਰੋਸੇ ਨੂੰ ਕਾਇਮ ਰੱਖਣ ਵਾਸਤੇ ਸਤਿਗੁਰੂ ਜੀ ਪਾਸੋਂ ਇਹ ਦਾਤ ਮੰਗੀਏ। ਅੰਧ ਬਿਦਾਤੇ ਕਾਢੋ ਕਰਦੇ ਗਿਆਨਾਂ ਦੀ ਕਰਦੇ ਰਹਿ, ਤਾਂ ਕਿ ਸਾਨੂੰ ਆ ਭਰੋਸਾ ਆ ਸਕੇ, ਆ ਯਕੀਨ ਆ ਸਕੇ। ਸੋ ਮੇਰਾ